ਸਾਡਾ ਯੂਟਿਊਬ ਚੈਨਲ ਦੇਖ ਰਹੇ ਸਾਰਿਆਂ ਨੂੰ ਹੀ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਹਾਜ਼ਰ ਹੋਏ ਜੀ ਤੁਹਾਡੇ ਇੱਕ ਨਵੀਂ ਵੀਡੀਓ ਲੈ ਕੇ। ਆਸ ਕਰਦੇ ਹਾਂ ਤੁਸੀਂ ਸਾਰਿਆਂ ਨੇ ਹੀ ਬਿਲਕੁਲ ਠੀਕ ਹੋਵੋਗੇ। ਅਤੇ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਸੀ ਕਿ ਪਿਛਲੀ ਵੀਡੀਓ ਦੇ ਵਿੱਚ ਕਿ ਨੈਕਸਟ ਵੀਡੀਓ ਦੇ ਵਿੱਚ ਆਪਾਂ ਸੁਰ ਸਿੰਘ ਦੇ ਸਾਰੇ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ। ਅਤੇ ਅੱਜ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ ਪਿੰਡ ਸੁਰ ਸਿੰਘ, ਸਾਰੇ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਕਰਾਂਗੇ ਅਤੇ ਨਾਲੇ ਲਾਹੌਰ ਦੇ ਕਿਲ੍ਹੇ ਵਿੱਚੋਂ ਘੋੜੇ ਕੱਢ ਕੇ ਲਿਆਉਣ ਵਾਲੇ ਬਾਬਾ ਬਿਧੀ ਚੰਦ ਜੀ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ। ਅਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ। ਅਤੇ ਜਿਹੜੇ ਵੀ ਵੀਰ ਸਾਡੇ ਚੈਨਲ 'ਤੇ ਨਵੇਂ ਆਏ ਆ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਕਿਉਂਕਿ ਅਸੀਂ ਇੱਦਾਂ ਹੀ ਤੁਹਾਡੇ ਵਾਸਤੇ ਨਵੀਆਂ ਨਵੀਆਂ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਅਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ। ਲਓ ਜੀ, ਸਭ ਤੋਂ ਪਹਿਲਾਂ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਬਾਬਾ ਬਿਧੀ ਚੰਦ ਜੀ, ਜੋ ਕਿ ਸੁਰ ਸਿੰਘ ਦੇ ਵਿੱਚ ਮੌਜੂਦ ਆ ਅਤੇ ਮੇਨ ਗੇਟ 'ਤੇ ਆਪਾਂ ਪਹੁੰਚੇ ਹੋਏ ਹਾਂ। ਤੁਸੀਂ ਦੇਖ ਸਕਦੇ ਜੇ ਪੁਰਾਣੇ ਟਾਈਮ ਦੀ ਹੀ ਕਲਾਕਾਰੀ ਦਿਖਾਈ ਗਈ ਹੈ ਇਸ ਗੇਟ ਦੇ ਵਿੱਚ। ਅੱਜ ਤੱਕ ਵੀ ਉੱਦਾਂ ਦੀ ਬਣਤਰ ਬਣੀ ਹੋਈ ਆ, ਸਾਂਭ ਕੇ ਰੱਖਿਆ ਹੋਇਆ। ਦੇਖ ਸਕਦੇ ਤੁਸੀਂ ਪੁਰਾਣੀਆਂ ਇੱਟਾਂ ਦੇ ਨਾਲ ਬਣਿਆ ਹੋਇਆ, ਕੰਧ ਵੀ ਦੇਖ ਸਕਦੇ ਪੁਰਾਣੀਆਂ ਇੱਟਾਂ ਨਾਲ ਹੀ ਬਣੀ ਹੋਈ ਆ। ਅਤੇ ਪਹਿਲਾਂ ਆਪਾਂ ਕਰਦੇ ਹਾਂ ਦਰਬਾਰ ਦੇ ਦਰਸ਼ਨ। ਅਤੇ ਇਹ ਤੁਸੀਂ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰੋਂ ਘਰੋਵਰ ਸਾਹਿਬ ਬਾਬਾ ਬਿਧੀ ਚੰਦ ਜੀ ਦੀ ਅੰਸ ਬੰਸ਼ ਦੇ ਨਾਮ ਤੁਸੀਂ ਵੇਖ ਸਕਦੇ, ਸਾਰੇ ਪੜ੍ਹ ਸਕਦੇ ਜੇ। ਅਤੇ ਪਹਿਲਾਂ ਆਪਾਂ ਕਰਦੇ ਹਾਂ ਦਰਬਾਰ ਦੇ ਦਰਸ਼ਨ। ਦਰਸ਼ਨ ਕਰਦੇ ਕਰਦੇ ਨਾਲ ਆਪਾਂ ਤੁਹਾਨੂੰ ਇਤਿਹਾਸ ਦੱਸਾਂਗੇ ਗੁਰਦੁਆਰਾ ਸਾਹਿਬ ਦਾ, ਬਾਬਾ ਬਿਧੀ ਚੰਦ ਜੀ ਦਾ, ਕਿਵੇਂ ਬਾਬਾ ਬਿਧੀ ਚੰਦ ਜੀ ਨੇ ਲਾਹੌਰ ਦੇ ਕਿਲ੍ਹੇ ਦੇ ਵਿੱਚੋਂ ਘੋੜੇ ਕੱਢ ਕੇ ਲਿਆਉਂਦੇ ਸੀਗੇ। ਇਸ ਵੀਡੀਓ ਨੂੰ ਤੁਸੀਂ ਆਪਣੇ ਪਰਿਵਾਰ ਨਾਲ, ਆਪਣੇ ਬੱਚਿਆਂ ਨਾਲ ਜ਼ਰੂਰ ਸਾਂਝੀ ਕਰੋ, ਤਾਂ ਜੋ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਆਪਣੇ ਸਿੱਖਾਂ ਦਾ ਇਤਿਹਾਸ ਕੀ ਹੈ ਅਤੇ ਉਹ ਵੀ ਇਤਿਹਾਸ ਤੋਂ ਜਾਣੂ ਹੋ ਸਕਣ। ਤਾਂ ਅੱਜ ਆਪਾਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਬਾਬਾ ਬਿਧੀ ਚੰਦ ਜੀ ਦੀ। ਇੱਕ ਵਾਰ ਜਦੋਂ ਕਾਬਲ ਤੋਂ ਸੰਗਤ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਲਈ ਆਈ ਤਾਂ ਉਹਨਾਂ ਨਾਲ ਤਾਰਾ ਚੰਦ ਅਤੇ ਤਖਤ ਮੱਲ ਵਰਗੇ ਮਸੰਦ ਵੀ ਆਏ, ਜੋ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭੇਂਟ ਕਰਨ ਲਈ ਗੁਲਭਾਗ ਅਤੇ ਦਿਲਬਾਗ ਨਾਮ ਦੇ ਚੰਗੀ ਨਸਲ ਦੇ ਦੋ ਘੋੜੇ ਲੈ ਕੇ ਆਏ। ਜਦੋਂ ਇਹ ਸਾਰੀ ਸੰਗਤ ਲਾਹੌਰ ਵਿੱਚੋਂ ਲੰਘ ਰਹੀ ਸੀ ਤਾਂ ਲਾਹੌਰ ਦੇ ਸ਼ਾਹਜਹਾਨ ਦੀ ਨਜ਼ਰ ਇਹਨਾਂ ਘੋੜਿਆਂ 'ਤੇ ਪਈ। ਸ਼ਾਹਜਹਾਨ ਘੋੜੇ ਖਰੀਦਣਾ ਚਾਹੁੰਦਾ ਸੀ, ਪਰ ਉਹਨਾਂ ਸਿੰਘਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਇਹ ਘੋੜੇ ਅਸੀਂ ਵੇਚਣ ਲਈ ਨਹੀਂ ਲਿਆਏ, ਬਲਕਿ ਅਸੀਂ ਆਪਣੇ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭੇਂਟ ਕਰਨ ਲਈ ਲਿਆਏ ਹਾਂ। ਉਹਨਾਂ ਦੇ ਇਸ ਬਿਆਨ 'ਤੇ ਸ਼ਾਹਜਹਾਨ ਨੂੰ ਬਹੁਤ ਗੁੱਸਾ ਆਇਆ ਅਤੇ ਉਸ ਨੇ ਉਹਨਾਂ ਕੋਲੋਂ ਦੋਵੇਂ ਘੋੜੇ ਹੀ ਖੋਹ ਲਏ। ਜਦੋਂ ਕਾਬਲ ਦੀ ਸੰਗਤ ਗੁਰੂ ਜੀ ਕੋਲ ਪਹੁੰਚੀ ਤਾਂ ਸਾਰੀ ਸੰਗਤ ਭੇਂਟਾ ਰੱਖ ਕੇ ਗੁਰੂ ਜੀ ਕੋਲ ਬੈਠ ਗਈ, ਪਰ ਉਹਨਾਂ ਮਸੰਦਾਂ ਨੇ ਲੱਖਾਂ ਰੁਪਏ ਦਾ ਤੋੜਾ ਅੱਗੇ ਰੱਖਣ ਦੀ ਬਜਾਏ ਉਦਾਸ ਹੋ ਕੇ ਲਹਿਜੇ ਵਿੱਚ ਕਿਹਾ ਕਿ ਮਹਾਰਾਜ, ਅਸੀਂ ਤਾਂ ਦੋ ਚੰਗੀ ਨਸਲ ਦੇ ਘੋੜੇ ਤੁਹਾਨੂੰ ਭੇਂਟ ਕਰਨਾ ਚਾਹੁੰਦੇ ਸੀ, ਪਰ ਰਸਤੇ ਵਿੱਚ ਲਾਹੌਰ ਦੇ ਸ਼ਾਹਜਹਾਨ ਨੇ ਇਸ ਨੂੰ ਖੋਹ ਲਿਆ। ਹੁਣ ਮੇਰੇ ਕੋਲ ਤੁਹਾਨੂੰ ਭੇਂਟ ਕਰਨ ਲਈ ਕੁਝ ਨਹੀਂ ਬਚਿਆ। ਗੁਰੂ ਜੀ ਨੇ ਉਸ ਨੂੰ ਦਿਲਾਸਾ ਦਿੱਤਾ ਅਤੇ ਹੱਸਦੇ ਹੋਏ ਕਿਹਾ ਕਿ ਤੁਹਾਡੇ ਘੋੜੇ ਸਾਡੇ ਕੋਲ ਪਹੁੰਚ ਗਏ ਹਨ, ਹੁਣ ਅਸੀਂ ਉਹਨਾਂ ਨੂੰ ਆਪ ਲੈ ਕੇ ਆਵਾਂਗੇ। ਤੁਸੀਂ ਚਿੰਤਾ ਨਾ ਕਰੋ, ਅਸੀਂ ਤੁਹਾਡੇ ਤੋਂ ਬਹੁਤ ਖੁਸ਼ ਹਾਂ, ਤੁਹਾਡਾ ਕੀਮਤੀ ਤੋਹਫ਼ਾ ਲੈ ਕੇ ਹੀ ਇੱਥੋਂ ਰਵਾਨਾ ਹੋਵਾਂਗੇ। ਗੁਰੂ ਜੀ ਨੇ ਸੰਗਤ ਵਿੱਚ ਕਿਹਾ ਕਿ ਕੋਈ ਸਿੰਘ ਉੱਠੇ ਅਤੇ ਜਾ ਕੇ ਘੋੜੇ ਲੈ ਕੇ ਆਵੇ। ਸਿੰਘ ਕਹਿਣ ਲੱਗੇ, ਗੁਰੂ ਜੀ ਸ਼ਾਹਜਹਾਨ 'ਤੇ ਹਮਲਾ ਕਰ ਦਿੰਦੇ ਹਾਂ ਤਾਂ ਘੋੜੇ ਲੈ ਆਉਂਦੇ ਹਾਂ। ਗੁਰੂ ਜੀ ਕਹਿਣ ਲੱਗੇ ਕਿ ਯੁੱਧ ਨਹੀਂ ਕਰਨਾ, ਬਿਨਾਂ ਲੜਾਈ ਤੋਂ ਹੀ ਘੋੜੇ ਲੈ ਕੇ ਆਉਣੇ ਹਨ। ਸਾਰੇ ਇਹ ਕਹਿਣ ਲੱਗੇ ਕਿ ਇਹ ਤਾਂ ਨਹੀਂ ਹੋ ਸਕਦਾ, ਪਰ ਉਹਨਾਂ ਵਿੱਚੋਂ ਇੱਕ ਸਿੰਘ ਉੱਠਿਆ ਜਿਸ ਦਾ ਨਾਮ ਸੀ ਬਾਬਾ ਬਿਧੀ ਚੰਦ ਜੀ। ਬਾਬਾ ਜੀ ਨੇ ਗੁਰੂ ਜੀ ਦੇ ਚਰਨ ਫੜ ਲਏ ਅਤੇ ਕਹਿਣ ਲੱਗੇ ਕਿ
ਕੰਮ ਤਾਂ ਔਖਾ ਹੈ, ਪਰ ਜੇ ਤੁਸੀਂ ਥਾਪੜਾ ਦਿਓ ਅਤੇ ਤੁਹਾਡਾ ਹੱਥ ਸਿਰ 'ਤੇ ਹੋਵੇ ਫਿਰ ਘੋੜੇ ਲਿਆਂਦੇ ਜਾ ਸਕਦੇ ਹਨ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬਿਧੀ ਚੰਦ ਜੀ ਨੂੰ ਥਾਪੜਾ ਦਿੱਤਾ ਅਤੇ ਪਿੱਠ ਉੱਤੇ ਹੱਥ ਮਾਰ ਕੇ ਉਸ ਦੀ ਉਸਤਤ ਕਰਦਿਆਂ ਹੋਇਆਂ ਪੰਜਾਂ ਗੁਰੂਆਂ ਦਾ ਨਾਮ ਲੈ ਕੇ ਅਰਦਾਸ ਬੇਨਤੀ ਕੀਤੀ ਅਤੇ ਬਾਬਾ ਬਿਧੀ ਚੰਦ ਜੀ ਨੂੰ ਲਾਹੌਰ ਵੱਲ ਰਵਾਨਾ ਕਰ ਦਿੱਤਾ। ਬਾਬਾ ਬਿਧੀ ਚੰਦ ਜੀ ਲਾਹੌਰ ਪਹੁੰਚ ਕੇ ਆਪਣੇ ਭਰਾ ਜੀਵਨ ਦੇ ਘਰ ਠਹਿਰੇ। ਅਗਲੇ ਦਿਨ ਉਹਨਾਂ ਆਪਣਾ ਇੱਕ ਘਾਹ ਪੁੱਟਣ ਵਾਲਾ ਭੇਸ ਬਣਾ ਲਿਆ। ਬਰੀਕ ਘਾਹ ਪੁੱਟਣ ਤੋਂ ਬਾਅਦ ਕਿਲ੍ਹੇ ਦੀ ਬਾਹਰਲੀ ਕੰਧ ਕੋਲ ਬੈਠ ਗਏ। ਜਦੋਂ ਘੋੜਾ ਪਾਲਕ ਸੈਦੇ ਖਾਂ ਬਾਹਰ ਆਇਆ ਤਾਂ ਸਸਤੇ ਰੇਟ ਵਿੱਚ ਘਾਹ ਮਿਲਣ 'ਤੇ ਬਹੁਤ ਖੁਸ਼ ਹੋਇਆ। ਖਰੀਦਣ ਤੋਂ ਬਾਅਦ ਉਸਨੇ ਬਾਬਾ ਬਿਧੀ ਚੰਦ ਜੀ ਨੂੰ ਗੱਠੜੀ ਚੁੱਕਣ ਲਈ ਕਿਹਾ ਅਤੇ ਘੋੜਿਆਂ ਨੂੰ ਚਾਰਨ ਲਈ ਸ਼ਾਹੀ ਤਬੇਲੇ ਵਿੱਚ ਲੈ ਗਿਆ। ਬਾਬਾ ਬਿਧੀ ਚੰਦ ਜੀ ਘੋੜਿਆਂ ਨੂੰ ਘਾਹ ਪਾਉਂਦੇ ਰਹੇ ਅਤੇ ਉਹਨਾਂ ਨੂੰ ਪਿਆਰ ਦਿੰਦੇ ਰਹੇ। ਹੁਣ ਬਾਬਾ ਬਿਧੀ ਚੰਦ ਜੀ ਹਰ ਰੋਜ਼ ਘਾਹ ਲਿਆਉਂਦੇ ਅਤੇ ਘੋੜਿਆਂ ਨੂੰ ਚਾਰਦੇ। ਇਹ ਨਿਰੰਤਰ ਦੇਖਭਾਲ ਕਰਨ ਨਾਲ ਘੋੜੇ ਵੀ ਬਾਬਾ ਬਿਧੀ ਚੰਦ ਜੀ ਨੂੰ ਚੰਗੀ ਤਰ੍ਹਾਂ ਪਹਿਚਾਨਣ ਲੱਗ ਪਏ। ਜਦੋਂ ਉਹ ਘਾਹ ਲੈ ਕੇ ਆਉਂਦੇ ਤਾਂ ਘੋੜੇ ਵੀ ਉਹਨਾਂ ਦਾ ਬਹੁਤ ਜ਼ੋਰਦਾਰ ਸਵਾਗਤ ਕਰਦੇ। ਸੈਦੇ ਖਾਂ ਨੇ ਬਾਬਾ ਬਿਧੀ ਚੰਦ ਜੀ ਦਾ ਘੋੜਿਆਂ ਪ੍ਰਤੀ ਇੰਨਾ ਪਿਆਰ ਦੇਖ ਕੇ ਘੋੜਿਆਂ ਦੀ ਸੇਵਾ ਕਰਨ ਲਈ ਉਸ ਨੂੰ ਸੇਵਕ ਬਣਾ ਲਿਆ। ਬਾਬਾ ਬਿਧੀ ਚੰਦ ਜੀ ਬੜੇ ਭੋਲੇ ਭਾਲੇ ਬਣ ਕੇ ਰਹਿੰਦੇ ਸਨ, ਪਰ ਘੋੜਿਆਂ ਨਾਲ ਉਹਨਾਂ ਦਾ ਮੋਹ ਦਿਨੋਂ ਦਿਨ ਬਹੁਤ ਹੀ ਵੱਧਦਾ ਜਾ ਰਿਹਾ ਸੀ। ਉਹ ਰੋਜ਼ ਰਾਤ ਨੂੰ ਦਰਿਆ ਵਿੱਚ ਇੱਕ ਵੱਡਾ ਪੱਥਰ ਸੁੱਟਦੇ ਸਨ। ਰਾਵੀ ਦਰਿਆ ਕਿਲ੍ਹੇ ਦੀਆਂ ਕੰਧਾਂ ਨੂੰ ਛੂੰਹਦਾ ਹੋਇਆ ਵਹਿ ਰਿਹਾ ਸੀ। ਪੱਥਰ ਡਿੱਗਣ ਦੀ ਆਵਾਜ਼ ਸੁਣ ਕੇ ਸਿਪਾਹੀਆਂ ਦੇਖਿਆ ਤਾਂ ਉਹਨਾਂ ਨੂੰ ਕੁਝ ਵੀ ਦਿਖਾਈ ਨਾ ਦਿੱਤਾ। ਉਹਨਾਂ ਨੂੰ ਲੱਗਾ ਕਿ ਕਿਲ੍ਹੇ ਦੀ ਕੰਧ ਨਾਲ ਕੋਈ ਜਾਨਵਰ ਟਕਰਾ ਰਿਹਾ ਹੋਵੇਗਾ, ਇਸ ਲਈ ਉਹਨਾਂ ਉਸ ਪਾਸੇ ਤੋਂ ਧਿਆਨ ਨਾ ਦਿੱਤਾ। ਬਾਬਾ ਬਿਧੀ ਚੰਦ ਜੀ ਆਪਣੀ ਤਨਖਾਹ ਵੀ ਪਹਿਰੇਦਾਰਾਂ ਨੂੰ ਖਵਾਉਣ ਲਈ ਛੱਡ ਦਿੰਦੇ ਸੀ। ਇਸ ਤੋਂ ਉਹ ਬਹੁਤ ਖੁਸ਼ ਹੁੰਦੇ ਸਨ। ਬਾਬਾ ਬਿਧੀ ਚੰਦ ਜੀ ਨੂੰ ਦੂਜੀ ਤਨਖਾਹ ਜਦੋਂ ਮਿਲੀ ਤਾਂ ਉਹਨਾਂ ਸਿਪਾਹੀਆਂ ਨੂੰ ਇੰਨਾ ਖਵਾਇਆ ਪਿਲਾਇਆ ਕਿ ਉਹ ਬੇਹੋਸ਼ ਹੀ ਹੋ ਗਏ। ਬਾਬਾ ਬਿਧੀ ਚੰਦ ਜੀ ਨੇ ਸਾਰਿਆਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ। ਫਿਰ ਉਹਨਾਂ ਕੋਲੋਂ ਚਾਬੀਆਂ ਲੈ ਕੇ ਉਹਨਾਂ ਗੁਲਭਾਗ ਘੋੜੇ ਨੂੰ ਖੋਲ੍ਹਿਆ ਅਤੇ ਉਸ ਕੋਲੋਂ ਇੰਨੀ ਜ਼ੋਰਦਾਰ ਛਾਲ ਮਰਵਾਈ ਕਿ ਉਸ ਨੇ ਬਾਬਾ ਬਿਧੀ ਚੰਦ ਜੀ ਸਮੇਤ ਕਿਲ੍ਹੇ ਦੀ ਕੰਧ ਪਾਰ ਕਰ ਦਿੱਤੀ ਅਤੇ ਦਰਿਆ ਵਿੱਚ ਛਾਲ ਮਾਰ ਦਿੱਤੀ। ਬਾਬਾ ਬਿਧੀ ਚੰਦ ਜੀ ਨੇ ਘੋੜੇ ਨੂੰ ਦਰਿਆ ਪਾਰ ਕਰਵਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭੇਂਟ ਕੀਤਾ। ਬਾਬਾ ਬਿਧੀ ਚੰਦ ਜੀ ਦੀ ਗੁਰੂ ਜੀ ਨੇ ਸਾਰੀ ਸੰਗਤ ਵਿੱਚ ਬਹੁਤ ਹੀ ਵਡਿਆਈ ਕੀਤੀ। ਇਸੇ ਤਰ੍ਹਾਂ ਹੀ ਬਾਬਾ ਬਿਧੀ ਚੰਦ ਜੀ ਨੇ ਦੂਜਾ ਘੋੜਾ ਵੀ ਨਜੂਮੀ ਗੁੰਮੀਆਂ ਚੀਜ਼ਾਂ ਬਾਰੇ ਦੱਸਣ ਵਾਲਾ ਫਕੀਰ ਬਣ ਕੇ ਲਿਆਂਦਾ ਸੀ। ਜਦੋਂ ਉਹ ਦੂਜਾ ਘੋੜਾ ਲੈ ਕੇ ਗੁਰੂ ਜੀ ਕੋਲ ਬੈਠੇ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬਿਧੀ ਚੰਦ ਜੀ ਨੂੰ ਗਲ ਨਾਲ ਲਾ ਕੇ ਕਿਹਾ, ਬਾਬਾ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਇਹਨਾਂ ਸ਼ਬਦਾਂ ਨਾਲ ਗੁਰੂ ਜੀ ਨੇ ਬਾਬਾ ਬਿਧੀ ਚੰਦ ਜੀ ਨੂੰ ਨਵਾਜਿਆ ਸੀ। ਜੇ ਆਪਾਂ ਬਾਬਾ ਬਿਧੀ ਚੰਦ ਜੀ ਦੇ ਗੁਰੂ ਜੀ ਦੇ ਲੜ ਲੱਗਣ ਤੋਂ ਪਹਿਲਾਂ ਦੇ ਜੀਵਨ ਦੀ ਗੱਲ ਕਰੀਏ ਤਾਂ ਸੰਗਤ ਜੀ ਦੱਸਿਆ ਜਾਂਦਾ ਹੈ ਕਿ ਬਿਧੀ ਚੰਦ ਜੀ ਪਹਿਲਾਂ ਚੋਰੀਆਂ ਵੀ ਕਰਿਆ ਕਰਦੇ ਸੀ। ਇੱਕ ਦਿਨ ਚੋਰੀ ਦੇ ਫੜੇ ਜਾਣ ਦੇ ਡਰ ਤੋਂ ਭਾਈ ਅਦਲੀ ਜੀ ਕੋਲ ਪਹੁੰਚ ਗਏ ਸੀ। ਭਾਈ ਅਦਲੀ ਚੋਹਲਾ ਸਾਹਿਬ ਦਾ ਇੱਕ ਪਵਿੱਤਰ ਸਿੱਖ ਸੀ। ਉਹ ਬਿਧੀ ਚੰਦ ਨੂੰ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿੱਚ ਲੈ ਗਿਆ, ਜਿੱਥੇ ਉਹਨਾਂ ਵਿੱਚ ਬਹੁਤ ਹੀ ਜ਼ਿਆਦਾ ਬਦਲਾਅ ਆਇਆ ਅਤੇ ਉਹਨਾਂ ਨੂੰ ਸਮਝ ਆਇਆ ਕਿ ਡਾਕੂਆਂ ਅਤੇ ਕੁਕਰਮਾਂ ਦਾ ਉਹਨਾਂ ਨਾਲ ਜੀਵਨ ਖਤਮ ਹੋ ਗਿਆ ਹੈ। ਫਿਰ ਉਹਨਾਂ ਨੇ ਆਪਣਾ ਸਾਰਾ ਹੀ ਜੀਵਨ ਗੁਰੂ ਜੀ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ ਸੀ। ਇਹ ਤੋਂ ਤੁਸੀਂ ਹਿਸਾਬ ਲਾ ਸਕਦੇ ਜੇ ਕਿ ਗੁਰੂ ਜੀ ਦੇ ਲੜ ਲੱਗ ਕੇ ਸਾਰਾ ਹੀ ਆਪਣਾ ਜਿਹੜਾ ਜੀਵਨ ਸੀ ਉਹ ਸੁਧਾਰ ਲਿਆ ਸੀ ਉਹਨਾਂ ਨੇ, ਕਿਵੇਂ ਉਹਨਾਂ ਨੇ
ਬਿਨਾਂ ਲੜਾਈ ਤੋਂ ਬਿਨਾਂ ਯੁੱਧ ਕੀਤਿਆਂ ਲਾਹੌਰ ਦੇ ਕਿਲ੍ਹੇ ਵਿੱਚੋਂ ਦੋਵੇਂ ਘੋੜੇ ਹੀ ਕੱਢ ਕੇ ਲਿਆਉਂਦੇ ਸੀਗੇ। ਇਸੇ ਤੋਂ ਹੀ ਪਤਾ ਚੱਲਦਾ ਹੈ ਕਿ ਬਾਬਾ ਵਿਧੀ ਚੰਦ ਜੀ ਸਰੀਰ ਦੇ ਬਲੀ ਹੋਣ ਦੇ ਨਾਲ ਨਾਲ ਸਿਆਣੇ ਵੀ ਬਹੁਤ ਜ਼ਿਆਦਾ ਸੀ, ਸਿਆਣਪ ਵੀ ਬਹੁਤ ਸੀ ਉਹਨਾਂ ਵਿੱਚ। ਜੇ ਆਪਾਂ ਉਹਨਾਂ ਦੇ ਬਲ ਦੀ ਗੱਲ ਕਰੀਏ ਤਾਂ ਇੱਕ ਵਾਰ ਦੱਸਿਆ ਜਾਂਦਾ ਹੈ ਕਿ ਮੁਗਲ ਪੈਂਦੇ ਖਾਂ, ਜੋ ਕਿ ਆਪਣੇ ਆਪ ਵਿੱਚ ਬਹੁਤ ਹੀ ਜ਼ਿਆਦਾ ਬਲਵਾਨ ਸੀ, ਆਪਣੇ ਹੱਥ ਨਾਲ ਹੀ ਉਹ ਰੁਪਈਏ ਦੀ ਮੋਹਰ ਮਿਟਾ ਦਿੰਦਾ ਸੀ ਹੱਥ ਨਾਲ ਹੀ। ਅਤੇ ਇੱਕ ਵਾਰ ਜਦੋਂ ਦਰਬਾਰ ਦੇ ਵਿੱਚ ਰੌਲਾ ਪਿਆ ਸੀ ਤਾਂ ਬਾਬਾ ਵਿਧੀ ਚੰਦ ਜੀ ਨੇ ਉਸ ਨੂੰ ਚਪੇੜ ਮਾਰ ਕੇ ਹੀ ਸੁੱਟ ਦਿੱਤਾ ਸੀ। ਬਾਬਾ ਵਿਧੀ ਚੰਦ ਜੀ ਵੀ ਸਰੀਰ ਦੇ ਬਹੁਤ ਬਲਵਾਨ ਸੀ। ਇਹ ਸੀ ਜੀ ਇਤਿਹਾਸ ਜਦੋਂ ਬਾਬਾ ਵਿਧੀ ਚੰਦ ਜੀ ਲਾਹੌਰ ਦੇ ਕਿਲ੍ਹੇ ਵਿੱਚੋਂ ਦੋਵੇਂ ਹੀ ਘੋੜੇ ਕੱਢ ਕੇ ਲਿਆਏ ਸੀ ਅਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭੇਂਟ ਕੀਤੇ ਸੀ ਲਿਆ ਕੇ। ਅਤੇ ਨਾਲ ਨਾਲ ਹੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੇ ਹੀ ਗੁਰਦੁਆਰਾ ਸਾਹਿਬਾਂ ਦੇ ਵੀ ਦਰਸ਼ਨ ਕਰਵਾ ਰਹੇ ਹਾਂ ਜੋ ਜੋ ਸੁਰਸਿੰਘ ਦੇ ਵਿੱਚ ਸੁਸ਼ੋਭਿਤ ਆ। ਅਤੇ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਇਸ ਨਗਰ ਨੂੰ ਪੰਜਵੇਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਵੀ ਚਰਨ ਛੋਹ ਪ੍ਰਾਪਤ ਆ। ਅਤੇ ਤੁਹਾਨੂੰ ਆਪਾਂ ਉਸ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ ਜੋ ਕਿ ਬਿਲਕੁਲ ਹੀ ਸਰੋਵਰ ਦੇ ਦੂਜੀ ਸਾਈਡ ਬਣਿਆ ਹੋਇਆ। ਪਹਿਲਾਂ ਆਪਾਂ ਸਰੋਵਰ ਦੇ ਦਰਸ਼ਨ ਕਰਾਂਗੇ, ਫਿਰ ਆਪਾਂ ਲੈ ਕੇ ਚੱਲਾਂਗੇ ਤੁਹਾਨੂੰ ਗੁਰੂ ਅਰਜਨ ਦੇਵ ਜੀ ਦੇ ਗੁਰਦੁਆਰਾ ਸਾਹਿਬ। ਅਤੇ ਵੀਡੀਓ ਦੇ ਵਿੱਚ ਆਪਾਂ ਇੱਕ ਬਹੁਤ ਸੋਹਣੀ ਪਾਰਕ ਬਣੀ ਹੋਈ ਹੈ ਜਿਹਦਾ ਤੁਸੀਂ ਦ੍ਰਿਸ਼ ਥੋੜ੍ਹਾ ਜਿਹਾ ਦੇਖ ਸਕਦੇ ਜੀ ਇੱਥੇ। ਅਤੇ ਆਪਾਂ ਤੁਹਾਨੂੰ ਪੂਰੀ ਵੀ ਦਿਖਾਉਣੇ ਆ ਵੀਡੀਓ ਦੇ ਵਿੱਚ। ਪਹਿਲਾਂ ਆਪਾਂ ਸਰੋਵਰ ਵਾਲੀ ਸਾਈਡ ਜਾਵਾਂਗੇ ਅਤੇ ਫਿਰ ਆਪਾਂ ਕਰਾਂਗੇ ਗੁਰੂ ਅਰਜਨ ਦੇਵ ਜੀ ਦੇ ਗੁਰਦੁਆਰੇ ਸਾਹਿਬ ਦੇ ਦਰਸ਼ਨ ਅਤੇ ਫਿਰ ਆਪਾਂ ਤੁਹਾਨੂੰ ਪਾਰਕ ਦਿਖਾਉਣੇ ਆ। ਅਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਸਰੋਵਰ ਵਾਲੀ ਸਾਈਡ। ਅਤੇ ਬਾਅਦ ਵਿੱਚ ਇੱਥੇ ਬਾਬਾ ਜੀ ਉਹਨਾਂ ਨੇ ਘੋੜੇ ਵੀ ਬਹੁਤ ਰੱਖੇ ਹੋਏ ਆ, ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ। ਪਸ਼ੂ ਬਹੁਤ ਰੱਖੇ ਹੋਏ ਆ, ਉਹ ਵੀ ਦਿਖਾਉਣੇ ਆ। ਲੰਗਰ ਹਾਲ ਦੀ ਸੇਵਾ ਚੱਲ ਰਹੀ ਆ, ਦੀਵਾਨ ਹਾਲ ਦੀ ਵੀ ਸੇਵਾ ਚੱਲ ਰਹੀ ਆ, ਬਣ ਰਹੇ ਆ, ਤੁਹਾਨੂੰ ਉਹ ਵੀ ਆਪਾਂ ਦਿਖਾਉਣੇ ਆ ਵੀਡੀਓ ਦੇ ਵਿੱਚ। ਅਤੇ ਇਹ ਸਾਹਮਣੇ ਆਪਾਂ ਸਰੋਵਰ 'ਤੇ ਪਹੁੰਚੇ ਹਾਂ ਅਤੇ ਜਿਹੜਾ ਸਾਹਮਣੇ ਤੁਸੀਂ ਗੁਰੂ ਘਰ ਦੇਖ ਰਹੇ ਜੇ ਉਹ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ, ਉਸ ਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾਉਣੇ ਆ। ਅਤੇ ਤੁਸੀਂ ਸਰੋਵਰ ਦੇਖ ਸਕਦੇ ਜੇ, ਬਹੁਤ ਵਧੀਆ ਬਣਿਆ ਹੋਇਆ ਬਾਹਰਲੀ ਸਾਈਡ ਕਰਕੇ। ਅਤੇ ਇੱਧਰ ਸੰਗਤ ਜੀ ਦੀਵਾਨ ਹਾਲ ਅਤੇ ਲੰਗਰ ਹਾਲ ਬਣ ਰਿਹਾ ਤਾਂ ਜਿਹੜੀ ਤੁਸੀਂ ਦੇਖ ਸਕਦੇ ਜੇ ਵੀਡੀਓ ਦੇ ਵਿੱਚ। ਅਤੇ ਸਾਹਮਣੇ ਆ ਤੁਸੀਂ ਦੇਖ ਸਕਦੇ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਸਾਹਿਬ ਜਿੱਥੇ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ। ਲਓ ਜੀ ਹੁਣ ਆਪਾਂ ਸਰੋਵਰ ਦੇ ਆ ਗਏ ਹਾਂ ਦੂਜੀ ਸਾਈਡ ਅਤੇ ਸਾਹਮਣੇ ਤੁਸੀਂ ਗੁਰੂ ਘਰ ਦੇਖ ਸਕਦੇ ਜੇ ਜਿੱਥੋਂ ਦੇ ਆਪਾਂ ਹੁਣੇ ਤੁਹਾਨੂੰ ਦਰਸ਼ਨ ਕਰਵਾ ਕੇ ਲਿਆਏ ਹਾਂ। ਅਤੇ ਇੱਧਰ ਹੁਣ ਆਪਾਂ ਚੱਲਾਂਗੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ, ਗੁਰਦੁਆਰਾ ਰੋੜੀ ਸਾਹਿਬ। ਅਤੇ ਜਿਵੇਂ ਤੁਸੀਂ ਆਪਾਂ ਤੁਹਾਨੂੰ ਪਹਿਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਵੀ ਇਸ ਨਗਰ ਨੂੰ ਨਗਰ ਸੁਰ ਸਿੰਘ ਨੂੰ ਦੋ ਗੁਰੂ ਸਾਹਿਬਾਨਾਂ ਦੇ ਚਰਨ ਛੋਹ ਪ੍ਰਾਪਤ ਆ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਅਤੇ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਅਤੇ ਮਹਿਲ ਤੁਹਾਨੂੰ ਆਪਾਂ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਸੀਗਾ, ਨਾਲੇ ਤੁਹਾਨੂੰ ਇਤਿਹਾਸ ਦੱਸਿਆ ਸੀ ਇਸ ਗੁਰਦੁਆਰਾ। ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੇ ਹੀ ਸੁਰ ਸਿੰਘ ਦੇ ਨਗਰ ਦੇ ਗੁਰਦੁਆਰਾ ਸਾਹਿਬ ਦਿਖਾ ਰਹੇ ਹਾਂ। ਅਤੇ ਪਹਿਲਾਂ ਆਪਾਂ ਤੁਹਾਨੂੰ ਦੋ ਗੁਰਦੁਆਰਾ ਸਾਹਿਬ ਦਿਖਾ ਕੇ ਲਿਆਏ ਹਾਂ ਤਿੰਨ, ਅਤੇ ਹੁਣ ਆਪਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਗੁਰਦੁਆਰੇ ਦੇ ਦਰਸ਼ਨ ਕਰਾਂਗੇ। ਅਤੇ ਤੁਸੀਂ ਰਸਤਾ ਵੇਖ ਸਕਦੇ ਕਿੰਨਾ ਸੋਹਣਾ ਬਣਾਇਆ ਹੋਇਆ, ਅਤੇ ਆਸੇ ਪਾਸੇ ਪਾਰਕ ਆ, ਪੌਦੇ ਲੱਗੇ ਹੋਏ ਬਹੁਤ ਸੋਹਣੇ, ਤੁਸੀਂ ਦੇਖ ਸਕਦੇ ਬਹੁਤ ਸੋਹਣੀ ਇਮਾਰਤ ਜਿਹੜੀ ਬਣੀ ਹੋਈ ਆ। ਸੇਵਾ ਹਾਲੇ ਵੀ ਇੱਥੇ ਚੱਲ ਰਹੀਆਂ ਨੇ ਬਹੁਤ ਵੱਡੇ ਪੱਧਰ 'ਤੇ, ਤੁਸੀਂ ਦੇਖ ਸਕਦੇ ਜੇ ਗੁਰਦੁਆਰੇ ਸਾਹਿਬ ਰੈਡੀ ਹੋ ਰਹੇ ਨੇ, ਹਾਲੇ ਸੇਵਾਵਾਂ ਚੱਲ ਰਹੀਆਂ ਨੇ ਬਿਲਕੁਲ। ਲਓ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ। ਗੁਰੂ ਅਰਜਨ ਦੇਵ ਜੀ ਨੇ ਇਸ ਨਗਰ ਦੇ ਵਿੱਚ ਆਪਣੇ ਪਵਿੱਤਰ ਚਰਨ ਪਾ ਕੇ ਇਸ ਨਗਰ ਨੂੰ ਭਾਗ ਲਾਏ ਸੀ, ਅਤੇ ਉਹਨਾਂ ਦੀ ਯਾਦ ਵਿੱਚ ਇਹ ਬਣਾਇਆ ਹੋਇਆ ਗੁਰਦੁਆਰਾ ਸਾਹਿਬ, ਗੁਰਦੁਆਰਾ ਰੋੜੀ ਸਾਹਿਬ ਪੰਜਵੀਂ ਪਾਤਸ਼ਾਹੀ।
ਅਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਦਰਬਾਰ ਦੇ ਅੰਦਰ, ਨਾਲੇ ਦਰਸ਼ਨ ਕਰਦੇ ਹਾਂ ਅਤੇ ਨਾਲੇ ਤੁਹਾਨੂੰ ਕਰਵਾਉਂਦੇ ਹਾਂ, ਅਤੇ ਹੁਣ ਆਪਾਂ ਚੱਲਦੇ ਹਾਂ ਜੀ ਦਰਬਾਰ ਦੇ ਅੰਦਰ। ਲਓ ਜੀ ਆਪਾਂ ਦਰਬਾਰ ਦੇ ਦਰਸ਼ਨ ਕਰਕੇ ਆ ਗਏ ਹਾਂ ਬਾਹਰ, ਅਤੇ ਤੁਸੀਂ ਬਾਹਰ ਦਾ ਦ੍ਰਿਸ਼ ਦੇਖ ਸਕਦੇ ਹੋ ਸਾਰਾ ਗੁਰਦੁਆਰਾ ਸਾਹਿਬ ਦੇ ਬਾਹਰ ਜੋ। ਇੱਧਰ ਲੰਗਰ ਹਾਲ ਵੀ ਬਣਿਆ ਹੋਇਆ ਗੁਰਦੁਆਰਾ ਸਾਹਿਬ ਦਾ ਵੱਖਰਾ, ਜੋ ਤੁਸੀਂ ਦੇਖ ਰਹੇ ਜੇ। ਅਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੀ ਪਾਰਕ ਦੇ ਵਿੱਚ, ਜੋ ਕਿ ਬਹੁਤ ਸੋਹਣੀ ਬਣੀ ਹੋਈ ਆ। ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਗੁਰਦੁਆਰਾ ਸਾਹਿਬ ਦਾ ਪਾਰਕ, ਜੋ ਕਿ ਬਹੁਤ ਹੀ ਸੋਹਣਾ ਬਣਿਆ ਹੋਇਆ। ਇਹ ਬਿਲਕੁਲ ਹੀ ਸਰੋਵਰ ਅਤੇ ਗੁਰਦੁਆਰਾ ਸਾਹਿਬ ਦੇ ਵਿਚਕਾਰਲੀ ਜੋ ਜਗ੍ਹਾ ਉੱਥੇ ਬਣਿਆ ਹੋਇਆ ਵਾ, ਤੁਸੀਂ ਦੇਖ ਸਕਦੇ ਜੇ। ਅਤੇ ਪਾਰਕ ਦੇ ਬਾਹਰਲੇ ਵਾਰ ਤੁਸੀਂ ਜੇ ਦੇਖੋਗੇ ਤਾਂ ਬਹੁਤ ਵੱਡੇ ਵੱਡੇ ਜਿਹੜੇ ਦਰਖਤ ਆ ਉਹ ਲੱਗੇ ਹੋਏ ਆ, ਅਤੇ ਅੰਦਰ ਪਾਰਕ ਦੀ ਸੁੰਦਰਤਾ ਵਧਾਉਣ ਲਈ ਜਿਹੜੇ ਛੋਟੇ ਛੋਟੇ ਪੌਦੇ ਲੱਗੇ ਹੋਏ ਉਹ ਤੁਸੀਂ ਦੇਖ ਸਕਦੇ ਕਿੰਨੇ ਸੋਹਣੇ ਲੱਗਦੇ ਆ, ਅਤੇ ਸਾਹਮਣੇ ਤੁਸੀਂ ਫੁਹਾਰਾ ਦੇਖ ਸਕਦੇ ਕਿੰਨਾ ਵਧੀਆ ਲੱਗਦਾ ਵੇਖਣ ਦੇ ਵਿੱਚ ਵੀ। ਇਹ ਬਿਲਕੁਲ ਸਰੋਵਰ ਅਤੇ ਗੁਰਦੁਆਰਾ ਸਾਹਿਬ ਦੇ ਵਿਚਕਾਰ ਵਾਲੀ ਜਿਹੜੀ ਜਗ੍ਹਾ ਉੱਥੇ ਬਣਿਆ ਹੋਇਆ, ਜਿਵੇਂ ਤੁਹਾਨੂੰ ਪਹਿਲਾਂ ਸਰੋਵਰ ਵਾਲੀ ਸਾਈਡ ਜਾ ਰਿਹਾ ਸੀ ਤੁਹਾਨੂੰ ਦਿਖਾਇਆ ਵੀ ਸੀ, ਬਹੁਤ ਸੋਹਣੀ ਹਰਿਆਲੀ ਬਣਾਈ ਹੋਈ ਹੈ ਇੱਥੇ ਤੁਸੀਂ ਦੇਖ ਸਕਦੇ ਜੇ। ਅਤੇ ਇੱਧਰ ਸੰਗਤ ਜੀ ਤੁਸੀਂ ਦੇਖ ਸਕਦੇ ਦੀਵਾਨ ਹਾਲ ਅਤੇ ਲੰਗਰ ਹਾਲ ਦੀ ਜਿਹੜੀ ਸੇਵਾ ਉਹ ਬੜੇ ਵੱਡੇ ਪੱਧਰ 'ਤੇ ਚੱਲ ਰਹੀ ਆ, ਨਵਾਂ ਨਵੇਂ ਤਿਆਰ ਹੋ ਰਹੇ ਆ ਤੁਸੀਂ ਦੇਖ ਸਕਦੇ। ਦੂਜੀ ਸਾਈਡ ਪਰਲੀ ਸਾਈਡ ਜਿਹੜਾ ਉਹ ਲੰਗਰ ਹਾਲ ਆ, ਅਤੇ ਇੱਧਰ ਦੀਵਾਨ ਹਾਲ ਬਣਦਾ ਪਿਆ ਵਾ ਸਾਹਮਣੇ, ਵੀ ਆਪਾਂ ਤੁਹਾਨੂੰ ਵਿਖਾਉਂਦੇ ਹਾਂ ਵੀਡੀਓ ਦੇ ਵਿੱਚ। ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਗੁਰਦੁਆਰੇ ਦੇ ਲੰਗਰ ਹਾਲ ਵਾਲੀ ਸਾਈਡ, ਜਿੱਥੇ ਲੰਗਰ ਛਕਾਇਆ ਜਾਂਦਾ ਉਹ ਵੀ ਆਪਾਂ ਤੁਹਾਨੂੰ ਦਿਖਾਉਣਾ ਹੈ, ਅਤੇ ਜਿੱਥੇ ਲੰਗਰ ਤਿਆਰ ਹੁੰਦਾ ਵਾ ਉਹ ਵੀ ਆਪਾਂ ਤੁਹਾਨੂੰ ਦਿਖਾਉਣਾ ਆ। ਪਹਿਲਾਂ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜਿਹੜੀ ਸਾਈਡ ਲੰਗਰ ਤਿਆਰ ਹੁੰਦਾ ਆ, ਉੱਥੇ ਲੈ ਕੇ ਚੱਲਦੇ ਹਾਂ। ਇਹ ਤੁਸੀਂ ਦੇਖ ਸਕਦੇ ਜੇ ਇਸ ਸਥਾਨ 'ਤੇ ਹੀ ਸਾਰਾ ਜਿਹੜਾ ਲੰਗਰ ਤਿਆਰ ਹੁੰਦਾ ਆ,
ਲੋਹਾਂ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਜੇ। ਅਤੇ ਇੱਧਰੋਂ ਆਪਾਂ ਤੁਹਾਨੂੰ ਲੈ ਕੇ ਅਤੇ ਦਿਖਾ ਕੇ ਅਤੇ ਹੁਣ ਆਪਾਂ ਤੁਹਾਨੂੰ ਚੱਲਦੇ ਹਾਂ ਜਿੱਧਰ ਲੰਗਰ ਛਕਾਇਆ ਜਾਂਦਾ ਵਾ, ਲੰਗਰ ਹਾਲ ਵਾਲੀ ਸਾਈਡ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਇਹ ਤੁਸੀਂ ਲੋਹਾਂ ਦੇਖ ਸਕਦੇ ਜੇ। ਦਲ ਪੰਥ ਬਾਬਾ ਬਿਧੀ ਚੰਦ ਜੀ, ਇੱਧਰ ਤੁਸੀਂ ਦੇਖ ਸਕਦੇ ਸੰਗਤਾਂ ਕੁਝ ਸੇਵਾ ਕਰ ਰਹੀਆਂ ਨੇ, ਕੁਝ ਚਾਹ ਛਕ ਰਹੀਆਂ ਨੇ, ਕੁਝ ਪ੍ਰਸ਼ਾਦਾ ਛਕ ਰਹੀਆਂ ਨੇ। ਇੱਧਰ ਵਾਲੀ ਸਾਈਡ ਚਾਹ ਛਕਾਉਂਦੇ ਆ, ਦੂਜੀ ਸਾਈਡ ਪ੍ਰਸ਼ਾਦੇ ਦਾ ਲੰਗਰ ਲੱਗਾ ਹੋਇਆ, ਅਤੇ ਦੋਨੋਂ ਸਾਈਡ ਤੁਸੀਂ ਦੇਖ ਸਕਦੇ ਜੇ। ਅਤੇ ਇੱਧਰ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਜਿੱਥੇ ਜੂਠੇ ਬਰਤਨ ਜਿਹੜੇ ਸਾਫ਼ ਹੁੰਦੇ ਆ, ਉਹ ਵੀ ਆਪਾਂ ਤੁਹਾਨੂੰ ਜਗ੍ਹਾ ਦਿਖਾ ਦਿੰਦੇ ਹਾਂ। ਇਹ ਵਾਲੀ ਸਾਈਡ ਜੂਠੇ ਬਰਤਨ ਜਿਹੜੇ ਉਹ ਸਾਫ਼ ਹੁੰਦੇ ਆ, ਤੁਸੀਂ ਦੇਖ ਸਕਦੇ ਬਹੁਤ ਵਧੀਆ ਪ੍ਰਬੰਧ ਬਣਿਆ ਹੋਇਆ। ਅਤੇ ਉਹ ਸਾਹਮਣੇ ਦੀਵਾਨ ਹਾਲ ਦਾ ਮੇਨ ਗੇਟ ਤੁਸੀਂ ਦੇਖ ਸਕਦੇ ਜੇ, ਜੋ ਕਿ ਨਵਾਂ ਤਿਆਰ ਹੋ ਰਿਹਾ ਵਾ। ਇਹ ਆ ਜੀ ਮੇਨ ਗੇਟ ਦੀਵਾਨ ਹਾਲ ਦਾ। ਜਿੱਦਾਂ ਤੁਸੀਂ ਦੇਖ ਸਕਦੇ ਜੀ ਜੋ ਬਾਬਿਆਂ ਨੇ ਘੋੜੇ ਰੱਖੇ ਹੋਏ ਆ, ਬਹੁਤ ਹੀ ਸੋਹਣਾ ਪ੍ਰਬੰਧ। ਛਾਂ ਦਾ ਵੀ ਬੋਰਡ ਵੇਖੋ ਕਿੰਨੇ ਲੱਗੇ ਹੋਏ ਆ, ਬਿਲਕੁਲ ਹੀ ਗਰਮੀ ਨਾਮ ਦਾ ਕੰਮ ਹੀ ਨਹੀਂ ਹੈਗਾ। ਅੱਜ ਮੌਸਮ ਵੀ ਵੈਸੇ ਬੜਾ ਵਧੀਆ ਸੀਗਾ, ਮੀਂਹ ਪਿਆ ਅਤੇ ਬੱਦਲ ਬੁੱਦਲ ਹੋਏ ਆ, ਕੋਈ ਗਰਮੀ ਨਹੀਂ ਹੈਗੀ ਅੱਜ ਦੇ ਦਿਨ ਤਾਂ। ਅਤੇ ਖੁਰਲੀ ਦੇਖ ਸਕਦੇ ਗੱਡੀ ਵੱਡੀਆਂ ਬਣੀਆਂ ਹੋਈਆਂ ਇੱਥੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੋਰ ਬਾਬਾ ਜੀ ਠੀਕ ਠਾਕ ਹੋ? ਬਸ ਵਧੀਆ ਬਾਬਾ ਜੀ। ਬਾਬਾ ਜੀ ਆਪਾਂ ਆਸਲੂ ਤਾੜ ਤੋਂ ਆਏ ਜੀ, ਆਸਲੂ ਤਾੜ ਤੋਂ ਖੇਮ ਕਰ ਲੱਗ ਗਏ ਨੀ? ਹਾਂਜੀ ਹਾਂਜੀ। ਬਹੁਤ ਸਾਰੇ ਪਸ਼ੂ ਰੱਖੇ ਹੋਏ ਗੁਰਦੁਆਰਾ ਸਾਹਿਬ ਦੇ ਵਿੱਚ, ਤੁਸੀਂ ਦੇਖ ਸਕਦੇ ਜੀ ਵੱਖਰਾ ਹੀ ਸਾਰਾ ਬਣਾਇਆ ਹੋਇਆ। ਉਹ ਸ਼ੈੱਡ ਦੇਖੋ ਕਿੱਡਾ ਬਹੁਤ ਸੋਹਣਾ ਬਣਿਆ ਹੋਇਆ, ਤੂੜੀ ਵਾਸਤੇ, ਡੰਗਰਾਂ ਵਾਸਤੇ,